शहर समाणा दियां सड़कां ते तहानू दुमाला सजाई अमृत धारीए सिख बच्चे पापड़ वेचदे आम ही नजर आ जाणगे। पढ़न लिखण दी उमरे इह बच्चे परिवारक जिम्मेवारियां दा फर्ज ढो रहे हन। सवेर सार साइकल ते घरों निकल पैंदे हन। रोजाना इन्हां वल्लों ही कमाए 200-250 रुपए नाल घर दा गुजारा चलदा है। मुंडियां वांग दुमाला सजाई इह असल विच कुड़ी है, नाम है जमुना कौर। दुमाला तां सजाया, कोई कुड़ी समझ के छेड़खानी ना करे। सो मुंडियां वाले कपड़े पा रोज दुमाला सजा अपने भरा नाल साइकिल ते पापड़ां वाला लिफाफा बन निकल पैंदे हन। उसका कहना है कि महाराज दी कृपा है कि हाले तक अजिहा कुछ नहीं वापरिया, पर जमाना खराब है, डर लगता है। सो मैं इस तरह दुमाला सजा मुंडियां वांग विचरदी हां, पर जदों घर वल वेखदी हां तां कम करना साडी मजबूरी है। मंग के खाना मंजूर नहीं। गुरु साहिब ने दसा नूहां दी किरत दा सुनेहा दिता है, असी उसे राह ते चल रहे हां। स्कूल जाना बहुत पहला ही छड़ना पिया। घर दी खस्ता हालत है, पिता दे सिर कर्ज दा पहाड़ है, कमाई दा कोई होर जरिया नहीं। घर दी हालत खस्ता तो खस्ता है, पर इन्हां बच्चां दी धर्म विच गहरी आस्था है। दोवें अमृतधारी हन, गुरु दे लड़ लगे हन, इन्हां नूं मदद दी दरकार है। कुल दुनिया च दानवीर बनी सिख कौम दी नजरे इनायत दा इन्हां नूं वी इंतजार है। जे तुहानूं पढ़ाउण वास्ते कोई हेल्प करे तो तुसीं पढ़न नूं तैयार हो? हां जी, पढ़ांगी मैं। गुरु साहिब ने की हुकम दिया तुहानू इस तरह दा तुहाडे मन दे, किस तरह मतलब तुसी मन दे विच आई पापड़ बेचण तुहाडे? मंग के खाण नाल ते चंगा, मेहनत करके खाओ, वधिया हैगा। गुरु साहिब ने ओही सिखाया सानू। दस्तार सजाई है, किस तरह है कि बाजार जांदे हो, तुहानू कोई परेशानी आंदी लड़की होण दे नाते? ना जी, मैं मुंडिया नी पग बनानी आ, फिर आंदा नहीं, कोई पछाण नहीं सकदा वी मुंडा है कि कुड़ी। ਪਰ ਬੰਦੇ ਕਿਹੋ ਜਿਹੇ ਹੁੰਦੇ ਨੇ ਉਹ ਸਮਾਜ ਹੈ, ਫਿਰ ਮੈਂ ਤਾਂ ਪੱਗ ਬੰਨਦੇ ਆ, ਮੁੰਡਾ ਬਣ ਕੇ ਜਾਂਦੇ ਵੀ ਕੁਝ ਕਵੇ ਨਾ ਕੋਈ। ਕੋਈ ਮੰਨ ਲਓ ਕੋਈ ਛੇੜਖਾਨੀ ਤਾਂ ਨਹੀਂ ਹੁੰਦੀ ਤੁਹਾਡੇ ਨਾਲ? ਨਾ ਜੀ, ਹੋਈ ਨਹੀਂ। ਕਿਹਦਾ ਆਸਰਾ ਮੰਨ ਕੇ ਤੁਸੀਂ ਇੱਕ ਚੱਲਦੇ ਹੋ? ਗੁਰੂ ਦਾ ਆਸਰਾ ਮੰਨ ਕੇ ਚੱਲਦੇ ਆ, ਉਹਦੇ ਸਭ ਮੇਰ ਹੈ, ਸਭ ਉਹੀ ਕਿਰਪਾ ਕਰੇਗਾ। ਸਤਪਾਲ ਸਿੰਘ ਦੀ ਸੰਸਥਾ ਨੇ ਇਹਨਾਂ ਦੀ ਮਦਦ ਕੀਤੀ ਹੈ, ਪਰ ਨਾਲ ਹੀ ਉਹ ਹੋਰ ਦਾਨੀ ਸੱਜਣਾਂ ਨੂੰ ਵੀ ਅਪੀਲ ਕਰ ਰਹੇ ਹਨ ਕਿ ਇਹਨਾਂ ਸਿੱਖ ਬੱਚਿਆਂ ਨੂੰ ਮਦਦ ਦੀ ਲੋੜ ਹੈ, ਜੋ ਮਦਦ ਦੇ ਸਮਰੱਥ ਹਨ ਇਹਨਾਂ ਦੀ ਮਦਦ ਕਰਨ। ਜਿਹੜੇ ਸਮਾਜ ਦੇ ਵਿੱਚ ਧੀਆਂ ਨੂੰ ਮਾਰ ਦਿੰਦੇ ਨੇ ਜੀ, ਇਹ ਉਹਨਾਂ ਲਈ ਬਹੁਤ ਵੱਡਾ ਮੈਸੇਜ ਆਈ ਕਿ ਉਹ ਧੀ ਆ ਦਲੇਰ ਜਿਹੜੀ ਆਪਣੇ ਸਿਰ 'ਤੇ ਗੁਰੂ ਸਾਹਿਬ ਦੀ ਬਖਸ਼ੀ ਹੋਈ ਦਸਤਾਰ ਸਜਾ ਕੇ ਅਤੇ ਆਪਣਾ ਕਾਰੋਬਾਰ ਕਰਦੀ ਹੈ ਜੀ। ਇਹ ਭੈਣ ਅਤੇ ਘਰ ਦੇ ਹਾਲਾਤ ਕੀ ਨੇ ਜੀ? ਘਰ ਸਾਰਾ ਡਿੱਗਣ ਵਾਲਾ ਜੀ। ਸਾਰੇ ਦੇਖੋ, ਸਾਰੀ ਸੰਗਤ ਨੂੰ ਚਾਹੀਦਾ ਜੀ, ਸਾਰੇ ਭੈਣ ਭਰਾਵਾਂ ਨੂੰ ਵੀ ਇਸ ਭੈਣ ਦੀ ਮਦਦ ਕੀਤੀ ਜਾਵੇ, ਮਕਾਨ ਬਣਾਇਆ ਜਾਵੇ। ਕਿਉਂ? ਕਿਉਂਕਿ ਭੈਣ ਦੇ ਉੱਪਰ ਕਿਸੇ ਕੋਈ ਐਸੀ ਕੋਈ ਘਟਨਾ ਨਾ ਵਾਪਰੇ ਕਿਤੇ ਮਕਾਨ ਭੈਣ ਦੇ ਉੱਪਰ ਡਿੱਗੇ। ਕਿਉਂ? ਕਿਉਂਕਿ ਇਹ ਉਹ ਦਲੇਰ ਧੀ ਆ ਜਿਹਨੂੰ ਤੁਸੀਂ ਮੁੰਡਿਆਂ ਨਾਲੋਂ ਕਿਤੇ ਵੱਧ ਕੇ ਆ ਜੀ ਇਹ ਜੀ। ਅਤੇ ਬਾਕੀ ਅਸੀਂ ਆਪਣਾ ਫਰਜ਼ ਸੇਵਾ ਸੁਸਾਇਟੀ ਜੋ ਕਿ ਪਟਿਆਲੇ ਅਸੀਂ ਕਾਸ਼ਰਮ ਬਣਾਇਆ ਵਾ, ਅਸੀਂ ਉਸ ਵੱਲੋਂ ਆਏ ਹਾਂ ਜੀ। ਗੁਰੂ ਸਾਹਿਬ ਨੇ ਕਿਰਪਾ ਕੀਤੀ, ਅਸੀਂ ਕੋਸ਼ਿਸ਼ ਕਰਦੇ ਹਾਂ, ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਵੀ ਇਸ ਭੈਣ ਦਾ ਘਰ ਗੁਰੂ ਸਾਹਿਬ ਸਾਡੇ ਤੋਂ ਇਹ ਸੇਵਾ ਲੈ ਲੈਣ। ਬਾਕੀ ਜਿਹੜੀ ਵੀ ਸੰਗਤ ਨੇ ਸੇਵਾ ਕਰਨੀ ਆ ਉਹ ਸਿੱਧਾ ਭੈਣ ਨੂੰ ਆ ਕੇ ਮਦਦ ਦੇ ਸਕਦੇ ਨੇ ਜੀ, ਤਾਂ ਤਾਂ ਕਿ ਆਪਾਂ ਭੈਣ ਦਾ ਘਰ ਬਣਾ ਸਕੀਏ ਜੀ। ਜੀ ਬਾਕੀ ਭੈਣ ਦਾ ਕਾਰੋਬਾਰ ਕੀ ਆ ਜੀ? ਇਹ ਭੈਣ ਗਲੀ ਗਲੀ ਸਮਾਣੇ ਸ਼ਹਿਰ ਦੇ ਵਿੱਚ ਪਾਪੜ ਵੇਚਦੇ ਨੇ ਜੀ। ਇਹਨਾਂ ਨੇ ਦਸਤਾਰ ਕਿਉਂ ਬੰਨੀ ਆ? ਕਿਉਂ? ਕਿਉਂਕਿ ਇਹਨਾਂ ਨੇ ਸ਼੍ਰੀ ਸਾਹਿਬ ਪਾਇਆ ਵਾ ਦਸਤਾਰ ਬੰਨੀ, ਤਾਂ ਕਿ ਕੋਈ ਇਹਨਾਂ ਨੂੰ ਕੋਈ ਗਲਤ ਮੁੰਡੇ ਜਾਂ ਕੋਈ ਗਲਤ ਐਸੇ ਅਨਸਰ ਨਾ ਤੰਗ ਕਰਨ ਇਹਨਾਂ ਨੂੰ। ਤਾਂ ਵੈਸੇ ਸਿੱਖੀ ਸਰੂਪ ਦੇ ਵਿੱਚ ਸਾਰਾ ਪਰਿਵਾਰ ਸਿੱਖੀ ਸਰੂਪ ਦੇ ਵਿੱਚ ਆ, ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਆ। ਦਸਤਾਰ ਇਹ ਤਾਂ ਤਿੱਖੀ ਬੰਨਦੇ ਨੇ ਵੀ ਲੋਕਾਂ ਨੂੰ ਪਤਾ ਨਾ ਲੱਗੇ ਵੀ ਮੈਂ ਮੁੰਡਾ ਜਾਂ ਕੁੜੀ ਹਾਂ ਜੀ। ਅੱਤ ਦੀ ਗੁਰਬਤ ਵਿੱਚ ਵੀ ਇਹ ਬੱਚੇ ਗੁਰੂ ਸਾਹਿਬਾਨ ਦੇ ਰਾਹ 'ਤੇ ਚੱਲ ਰਹੇ ਹਨ। ਉਸ ਪਰਮਾਤਮਾ ਦੀ ਰਜ਼ਾ ਵਿੱਚ ਭਾਣਾ ਮਨ ਛੋਟੀ ਉਮਰ 'ਚ ਕਿਰਤ ਦੀ ਕਮਾਈ ਖਾ ਰਹੇ ਹਨ, ਪਰ ਲੋੜ ਹੈ ਇਸ ਤਰ੍ਹਾਂ ਦੇ ਪਰਿਵਾਰਾਂ ਦੀ ਬਾਂਹ ਫੜਨ ਦੀ
ਤਾਂ ਜੋ ਪੜ੍ਹਨ ਲਿਖਣ ਦੀ ਉਮਰੇ ਸੜਕਾਂ 'ਤੇ ਰੁਲਦੇ ਇਸ ਬਚਪਨ ਨੂੰ ਬਚਾਇਆ ਜਾ ਸਕੇ। ਦਾਨੀ ਸੱਜਣਾਂ ਦੇ ਹੁੰਗਾਰੇ ਦਾ ਇਹਨਾਂ ਨੂੰ ਇੰਤਜ਼ਾਰ ਹੈ। ਪਰਸ਼ੋਤਮ ਕੌਸ਼ਿਕ, ਸਿੱਖ ਨਿਊਜ਼ ਐਕਸਪ੍ਰੈਸ, ਸਮਾਣਾ। साडे यूट्यूब चैनल नूं सबसक्राइब करो।